ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਲੋਗੜ ਫਿੱਡੇ ਵਿੱਚ ਜਿਹੜਾ ਲੋਗੜ ਫਿੱਡੇ ਪਿੰਡ ਹੈ ਰੋਪੜ ਤੋਂ ਅੰਬੂਜਾ ਕਲੋਨੀ ਦੇ ਰਸਤੇ ਵਿੱਚ ਪੈਂਦਾ ਜਿੱਥੇ ਕਿ ਥਰਮਲ ਪਲਾਂਟ ਹੈ ਜਿਹੜਾ ਬਿਲਕੁਲ ਉਸਦੇ ਨਜ਼ਦੀਕ ਪੈਂਦਾ। ਸਾਡੇ ਪਿੰਡ ਅੱਜ ਦੋ ਤੁਸੀਂ ਦੇਖ ਰਹੇ ਹੋ ਜੀ ਵੱਡੀਆਂ ਮਸ਼ੀਨਾਂ ਆ ਰਹੀਆਂ ਅਤੇ ਉਹਨਾਂ ਦੇ ਨਾਲ ਇੱਕ ਗੱਡੀ ਹੋਰ ਖੜ੍ਹੀ ਹੈ ਅਤੇ ਸਾਡੇ ਜਿਹੜੇ ਵਲੰਟੀਅਰ ਹੈ ਉਹਨਾਂ ਨੇ ਇਹ ਬਹੁਤ ਵਧੀਆ ਸਾਡੇ ਪਿੰਡ ਨੂੰ ਜਿਹੜਾ ਸੈਨੇਟਾਈਜ਼ ਕੀਤਾ ਅੱਜ। ਅਤੇ ਆਪਾਂ ਵੀਰ ਜੀ ਨਾਲ ਪੁੱਛਾਂਗੇ ਵੀਰ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਅਤੇ ਆਪਾਂ ਕਿੰਨੇ ਕੁ ਪਿੰਡ ਕਰ ਚੁੱਕੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅਸੀਂ ਨੂਰਪੁਰ ਬੇਦੀ ਦੇ ਬਲੋਕ ਪਿੰਡ ਲਾਲਪੁਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰ ਡੀ ਆਈ ਜੀ ਸਰਦਾਰ ਇਕਬਾਲ ਸਿੰਘ ਲਾਲਪੁਰਾ, ਉਹਨਾਂ ਦੇ ਸਪੁੱਤਰ ਸਰਦਾਰ ਅਜੇਵੀਰ ਸਿੰਘ ਲਾਲਪੁਰਾ ਜੋ ਕਿ ਦਿੱਲੀ ਵਿੱਚ ਢਿੱਲੋ ਏਵੀਏਸ਼ਨ ਦਾ ਕੰਮ ਕਰਦੇ ਨੇ। ਜਦੋਂ ਤੋਂ ਹੀ ਸਾਡੇ ਦੇਸ਼ ਵਿੱਚ ਲੋਕਡਾਊਨ ਹੋਇਆ ਉਦੋਂ ਉਹਨਾਂ ਨੇ ਪਹਿਲਾਂ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਦੇ ਤੌਰ 'ਤੇ ਮਦਦ ਕੀਤੀ। ਉਹ ਤੋਂ ਬਾਅਦ ਜਦੋਂ ਫਿਰ ਕੋਵਿਡ ਦਾ ਫੇਸ 2 ਸਟਾਰਟ ਹੋਇਆ ਫਿਰ ਹਿੰਦੁਸਤਾਨ ਅਤੇ ਪੰਜਾਬ 'ਚ ਕਿਸੇ ਨੇ ਵੀ ਪਿੰਡ ਪਿੰਡ ਘਰ ਘਰ ਨੂੰ ਸੈਨੇਟਾਈਜ਼ ਕਰਨ ਦੀ ਮੁਹਿੰਮ ਨਹੀਂ ਤੋਰੀ, ਜੋ ਕਿ ਸਾਡੇ ਵੀਰ ਜੀ ਸਰਦਾਰ ਅਜੇਵੀਰ ਸਿੰਘ ਲਾਲਪੁਰਾ ਜੀ ਲੰਡਨ ਦੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਆਏ ਨੇ। ਉਹਨਾਂ ਨੇ ਉਹਨਾਂ ਕੰਟਰੀਆਂ ਨੂੰ ਫੋਲੋ ਕਰਦੇ ਹੋਏ ਰੋਪੜ ਨੂੰ 4 ਬਲੋਕਾਂ ਵਿੱਚ ਵੰਡਿਆ, ਨੂਰਪੁਰ ਬੇਦੀ ਬਲੋਕ, ਘਨੌਲੀ ਬਲੋਕ, ਰੋਪੜ ਸਿਟੀ, ਪੁਰਖਾਲੀ, ਔਰ ਘਰ ਘਰ ਜਾ ਕੇ ਇਸ ਮੁਹਿੰਮ ਨੂੰ ਸਾਨੂੰ ਵੀ ਭਰਮਾ ਹੁੰਗਾਰਾ ਮਿਲ ਰਿਹਾ ਵਲੰਟੀਅਰ ਦਾ ਪਿੰਡ ਦੇ ਬਹੁਤ ਵਾਰ ਸੱਜਣਾਂ ਦਾ। ਅਤੇ ਇਸ ਯੂਰਪ ਕੰਟਰੀ ਦੀ ਤਰ੍ਹਾਂ 'ਤੇ ਹੀ ਆਪਣੇ ਰੋਪੜ ਨੂੰ ਸੈਨੇਟਾਈਜ਼ ਕਰ ਰਹੇ ਨੇ, ਔਰ ਕਿਹੜਾ ਇਹ ਉਪਰਾਲਾ ਲੋਕ ਜਨ ਸ਼ਕਤੀ ਤੋਂ ਬਿਨਾਂ ਨਹੀਂ ਅਸੰਭਵ ਸੀ। ਗੁਰਬਾਣੀ ਦਾ ਵੀ ਕਥਨ ਹੈ, ਸੁੱਖਮੇ ਸਭ ਸੰਗੀ ਦੁੱਖਮੇ ਸੰਗੀ ਨਾ ਕੋਈ। ਸਾਡੇ ਇਲਾਕੇ ਦੀ ਬਹੁਤ ਹੀ ਬੜੀ ਸ਼ਖਸੀਅਤ ਸਰਦਾਰ ਇਕਬਾਲ ਸਿੰਘ ਲਾਲਪੁਰਾ ਔਰ ਅਜੇਵੀਰ ਸਿੰਘ ਲਾਲਪੁਰਾ ਜੀ ਇਸ ਦੁੱਖ ਦੀ ਘੜੀ ਵਿੱਚ ਸਮਾਜ ਦੇ ਲਈ ਅੱਗੇ ਆਏ ਨੇ ਅਤੇ ਜਿੰਨਾ ਹੋ ਸਕਦਾ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਅਤੇ ਸੈਨੇਟਾਈਜ਼ ਕਰਕੇ ਵੀ ਪਿੰਡਾਂ ਨੂੰ ਰੋਗਾਣੂ ਮੁਕਤ ਕਰ ਰਹੇ ਨੇ। ਅਤੇ ਵੀਰ ਜੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਲਾਲਪੁਰ ਸਾਹਿਬ ਜੀ ਦਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਜਿਹੜੇ ਪਿੰਡਾਂ ਨੂੰ ਤੁਸੀਂ ਆਪਣਾ ਸਮਝ ਗਏ, ਤੁਸੀਂ ਜਿਹੜਾ ਸੈਨੇਟਾਈਜ਼ ਕੀਤਾ। ਅਤੇ ਤਕਰੀਬਨ ਤੁਸੀਂ ਕਿੰਨੇ ਕੁ ਪਿੰਡ ਕਰ ਚੁੱਕੇ ਜੀ? ਵੀਰ ਜੀ ਅਸੀਂ ਨੂਰਪੁਰ ਬੇਦੀ ਬਲੋਕ ਵਿੱਚ ਹੁਣ ਤੱਕ 80 ਤੋਂ ਪਲੱਸ ਪਿੰਡ ਕਰ ਚੁੱਕੇ ਹਾਂ ਅਤੇ ਘਨੌਲੀ ਬਲੋਕ ਵਿੱਚ ਅੱਜ ਸਾਡਾ 4th ਦਿਨ ਹੈ, ਅਸੀਂ 30 ਪਲੱਸ ਪਿੰਡਾਂ ਨੂੰ ਹੁਣ ਤੱਕ ਕਰ ਚੁੱਕੇ ਹਾਂ ਜੀ। ਅਤੇ ਅੱਗੇ ਵੀ ਇਹ ਜੋ ਵੀ ਸਾਨੂੰ ਸਾਡਾ ਕਿਹੜਾ ਇਹ ਹੈ ਜੀ, ਸਾਡਾ ਇਹ ਜਨਮ ਸਥਲ ਹੈ ਜੀ, ਠੀਕ ਹੈ ਜੀ। ਅਸੀਂ ਜਿੰਨੇ ਵੀ ਆਪਣੇ ਰੋਪੜ ਦੇ ਲੋਕਾਂ ਦੀ ਸੇਵਾ ਕਰ ਸਕਾਂਗੇ ਅਸੀਂ ਕਰਾਂਗੇ ਜੀ। ਸਾਨੂੰ ਇਹ ਵਾਹਿਗੁਰੂ ਨੂੰ ਹੈ, ਇੱਕ ਮੁਸੀਬਤ ਦੇ ਸਮੇਂ ਵਿੱਚ ਸਾਡੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਅਜੇਵੀਰ ਸਿੰਘ ਲਾਲਪੁਰਾ ਦੇ ਸਿਰ 'ਤੇ ਉਹਨਾਂ ਨੂੰ ਇੰਨੇ ਕੁ ਯੋਗਾ ਕੀਤਾ ਹੈ ਕਿ ਉਹਨਾਂ 'ਤੇ ਵਾਹਿਗੁਰੂ ਦੀ ਮਿਹਰ ਹੈ ਅਤੇ ਉਹ ਵੀ ਲੋਕ ਹਲਕੇ ਰੋਪੜ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ। ਅਸੀਂ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਨੂਰਪੁਰ ਬੇਦੀ ਦੇ ਜਾਂਪਲ ਜਿਸ ਇਲਾਕੇ ਨੂੰ ਬੈਕਵਰਡ ਏਰੀਆ ਕਿਹਾ ਜਾਂਦਾ ਸੀ ਉਹਨਾਂ ਨੇ ਪੂਰੇ ਹੀ ਪੰਜਾਬ ਕਿਹਾ ਹਿੰਦੁਸਤਾਨ 'ਚ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਸੈਨੇਟਾਈਜ਼ ਕਰਵਾ ਕੇ, ਜੋ ਕਿ ਕੰਮ ਸਰਕਾਰਾਂ ਦਾ ਸੀ। ਇਹ ਕੋਈ ਸਰਕਾਰ ਦੇ ਪੰਜਾਬ ਸਰਕਾਰ ਕਿਹਾ ਹਿੰਦੁਸਤਾਨ ਵੀ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕ ਸਕੀ ਕਿ ਉਹ ਲੋਕਾਂ ਨੂੰ ਕੋਈ ਰਾਹਤ ਦੇਵੇ ਕੋਵਿਡ ਤੋਂ। ਔਰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਵੀ ਕਿਹੜੇ ਸਾਡੇ ਵਲੰਟੀਅਰ ਹੈ ਇਹਨਾਂ 'ਤੇ ਆਪਣੇ ਮਿਹਰ ਭਰੇ ਹੱਥ ਰੱਖੇ, ਸਾਡੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਸਰਦਾਰ ਅਜੇਵੀਰ ਸਿੰਘ ਲਾਲਪੁਰਾ 'ਤੇ ਇਸੇ ਤਰ੍ਹਾਂ ਹੀ ਆਪਣੀ ਮਿਹਰ ਬਣਾਈ ਰੱਖੇ ਅਤੇ ਰੋਪੜ ਦੀ ਸੇਵਾ ਕਰਨ ਦਾ ਬਲ ਬਖਸ਼ੇ। ਅਤੇ ਵੀਰ ਜੀ ਤੁਸੀਂ ਬਹੁਤ ਵਧੀਆ ਜਿਹੜੀ ਗੱਲਾਂ ਦੱਸੀਆਂ, ਅਤੇ ਜਿਵੇਂ ਕਿ ਤੁਹਾਡੇ ਜਿਹੜੇ ਵਲੰਟੀਅਰ ਆ ਉਹ ਕਿੰਨੇ ਕੁ ਜਿਹੜੇ ਤੁਸੀਂ ਉਹ ਲੱਗੇ ਹੋਏ ਜਿਹਦੇ ਵਿੱਚ? ਵੀਰ ਜੀ ਸਾਡੇ ਜੋ ਸਾਡੀ ਟੀਮ ਹੈ ਪਹਿਲਾਂ ਇਨਸਾਨੀਅਤ ਦੀ, ਉਹਦੇ ਵਿੱਚ ਸਾਡੇ 11 ਵਲੰਟੀਅਰ ਹੈ ਜਿਹਦੇ ਵਿੱਚ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਵੱਲੋਂ ਸਾਡੇ 11 ਹੀ ਵਲੰਟੀਅਰਾਂ ਦਾ ਆਪਣੇ ਨਿੱਜੀ ਤੌਰ 'ਤੇ 10-10 ਲੱਖ ਰੁਪਏ ਦਾ ਬੀਮਾ ਕਵਰ ਕਰਵਾਇਆ ਗਿਆ, ਜੋ ਕਿ ਸਰਕਾਰਾਂ ਵੀ ਅਸੀਂ DC ਮੈਮ, DDPO, BDPO ਦੇ ਨਾਲ ਅਟੈਚ ਸੀ, ਪਰ ਸਾਨੂੰ ਇਹਨਾਂ ਨੇ ਸਾਡੇ ਬਾਰੇ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਿਆ। ਔਰ ਅਸੀਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਦੇ ਇਸ ਚੀਜ਼ ਲਈ ਵੀ ਧੰਨਵਾਦ ਕਰ ਰਹੇ ਹਾਂ ਕਿ ਉਹਨੇ ਸਾਨੂੰ ਸਾਡੀ ਇੰਸ਼ੋਰੈਂਸ ਵੀ ਕਰਵਾਈ ਹੈ। ਅਤੇ ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਪਿੰਡਾਂ ਦੇ ਵਲੰਟੀਅਰ ਦਾ ਕਰਦੇ ਹਾਂ, ਨੌਜਵਾਨਾਂ ਦਾ ਕਰਦੇ ਹਾਂ, ਜੋ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਕੰਮ ਨੂੰ ਅੱਗੇ ਲਿਜਾ ਰਹੇ ਨੇ। ਠੀਕ ਹੈ ਜੀ। ਅਤੇ ਸਰਦਾਰ ਇਕਬਾਲ ਸਿੰਘ ਜਿਹੜੇ ਲਾਲਪੁਰਾ ਜੀ, ਅਸੀਂ ਆਪਣੇ ਜੀ ਸਟਾਰ ਟੀਮ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਦਾ ਸਪੁੱਤਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪਿੰਡਾਂ ਵਿੱਚ ਆ ਕੇ ਤੁਸੀਂ ਸੈਨੇਟਾਈਜ਼ ਕੀਤਾ,
तो इस महामारी जी बीमारी तो बचाने वास्ते बहुत बड़ा यह सलाघना योग जो कदम है तुहाडा वो भी बहुत वधिया। साडे नाल सरपंच साहब भी हैगे ने ते असीं भी उन्हां नाल गल करांगे। सर अपने जिहड़े पिंड दे आए आ अपने ते तुसीं इन्हां बारे की कहोगे? असीं जी सरदार इकबाल सिंह लालपुरा ते उन्हां दे सपुत्र अजय वीर सिंह जी लालपुरा उन्हां दे इस शलाघा योग कदम की प्रशंसा करते हैं जी। बहुत बहुत धन्यवाद करते हैं कि उन्होंने ये बेड़ा चुकया जो साढ़े इलाके के पिंड हैं जिन्होंने प्रशासन ने नकारिया होया सी हुण तक कोई सहायता नहीं आई बड़ी तो इन्होंने अपने तौर पर अपने लेवल पर सांभिया इन्हों दोनों का असं फिर मतलब धन्यवाद करते हैं जी। तो असी अपनी टीम वालों बहुत ही स्पैशली इन्हों का जो धन्यवाद करते हैं कि इन्होंने इस मुहिम बहुत जरा अजकल सरकार जड़िया अपन हर एक काम बिजी है क्योंकि जोड़ा यह काम है तकरीबन ये एडे बड़े जोड़े सहयोग के नाल ही चलते पर असी लालपुर साहब जी का जी अजय वीर जी का उन्होंने फादर साहब का बहुत बहुत जी स्टार टीम वालों धन्यवाद करते हैं कि उन्होंने रब बहुत वधिया तरक्या दे तो उन्होंने जी खुशहाली है वह भी वरतन तो असी मैं कहव कैमरामैन तो इन्होंने वीर दिखावे कि जोड़े ये वलंटियर है इन्हों की जी सेवा करते हैं इन्हों का भी असी बहुत बहुत धन्यवाद करते हैं कि इस महामारी बीमारी के हर एक बंदा जिथे कि पीड़ित हो रहा जी डॉक्टर भी पीड़ित हो रहे हैं ते अपने सरकारी महकमे के जोड़े डॉक्टर साहबान है वह भी बहुत पीड़ित हो रहे इन्हों का बहुत बहुत असी जी स्टार टीम वालों धन्यवाद करते हैं कि यह अपने इस बीमारी विच इन्हों जी जान अपनी हथ से रख के यह अपनी सेवा कर रहे हैं मालिक इन्हों भी बहुत बड़िया तरक्या देवे। कैमरामैन गुरजीत सिंह जी स्टार टीम के नाल किरपाल सिंह।